ਇਹ ਬੈਲੈਂਸਿੰਗ ਖਿਲੌਣਾ ਬਣਾਉਣਾ ਬਹੁਤ ਹੀ ਆਸਾਨ ਹੈ। ਇਹ ਫਾਲਤੂ ਪਈਆਂ ਚੀਜ਼ਾਂ ਵਿੱਚੋਂ ਹੀ ਤਿਆਰ ਹੋ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੋਟਲ ਦਾ ਢੱਕਣ, ਜਿਸ ਦੇ ਵਿੱਚ ਤੁਸੀਂ ਇੱਕ ਡੰਡੀ ਫਸਾ ਲੈਣੀ ਹੈ, ਉਹ ਚਾਹੀਦਾ ਹੈ। ਉਸ ਤੋਂ ਬਾਅਦ ਤੁਹਾਨੂੰ ਇੱਕ ਬੈਲੈਂਸਿੰਗ ਮੈਲ ਜਾਂ ਵਾਇਰ ਅਤੇ ਪਲਾਸਟਿਕ ਦੀ ਸਟੀਵ 'ਤੇ ਬਣਾਇਆ ਹੈ। ਇਸ ਬੰਦੇ ਦੀਆਂ ਲੱਤਾਂ ਲੰਮੀਆਂ ਅਤੇ ਭਾਰੀਆਂ ਨੀਲੀਆਂ ਬੀਡਸ ਲਗਾ ਕੇ ਬਣਾਈਆਂ ਹਨ, ਅਖੀਰ 'ਤੇ ਲੱਗੀਆਂ ਦਿਖਦੀਆਂ ਹਨ। ਇਸ ਵਾਇਰਮੈਨ ਦੀ ਸੈਂਟਰ ਆਫ ਗ੍ਰੈਵਿਟੀ ਨੂੰ ਨੀਵਾਂ ਕਰਨ ਲਈ ਹਨ। ਹੁਣ ਇੱਕ ਛੋਟਾ ਖਿਡੌਣਾ ਖਿਡੌਣੇ ਦੇ ਉੱਪਰ ਲਗਾ ਦਿਓ ਅਤੇ ਘੁਮਾਓ। ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਟੋਏ ਜਾਂ ਖਿਡੌਣਾ ਜ਼ੋਰ ਨਾਲ ਘੁੰਮੇਗਾ ਅਤੇ ਨੱਚੇਗਾ।